ਮੈਂ ਹਾਂ ਗੁਰਿੰਦਰ ਤੁਸੀਂ ਜੜ ਚੁੱਕੇ ਹੋ ਪ੍ਰੋਗਰਾਮ ਜ਼ਰਾ ਸੋਚੋ ਦਿਨਾ ਜ਼ਰਾ ਸੋਚੋ ਨਾਲ ਜੁਣ ਲਈ ਬਹੁਤ ਬਹੁਤ ਧੰਨਵਾਦ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਸਪான்ਸਰ ਕੀਤਾ ਜਾ ਰਿਹਾ ਹੈ ਪੰਜਾਬ ਇੰਸ਼ੋਰੈਂਸ ਵੱਲੋਂ ਪੰਜਾਬ ਇੰਸ਼ੋਰੈਂਸ ਦੇ ਨੰਬਰ ਸਾਡੀ ਸਕਰੀਨ ਤੇ ਤੁਸੀਂ ਵੇਖ ਸਕਦੇ ਹੋ ਪੰਜਾਬ ਇੰਸ਼ੋਰੈਂਸ ਨਾਲ ਗੱਲਬਾਤ ਕਰਨ ਲਈ ਤੁਸੀਂ ਇਹਨਾਂ ਸਕਰੀਨ ਤੇ ਲਿਖੇ ਨੰਬਰਸ ਤੇ ਫੋਨ ਕਰ ਸਕਦੇ ਹੋ ਅੱਜ ਸਾਡੇ ਨਾਲ ਮੌਜੂਦ ਹਨ ਪੰਜਾਬ ਇੰਸ਼ੋਰੈਂਸ ਤੋਂ ਫਾਈਨੈਂਸ਼ੀਅਲ ਐਡਵਾਈਜ਼ਰ ਰਣਜੀਤ ਸਿੰਘ ਪਨੇ ਸਰ ਜੀ ਆਇਆ ਕਰੀ ਉਹਨਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਪਨੇ ਸਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਗੁਰਿੰਦਰ ਜੀ ਬਹੁਤ ਬਹੁਤ ਧੰਨਵਾਦ ਤੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜਿਸ ਤਰ੍ਹਾਂ ਕਿ ਗੁਰਿੰਦਰ ਜੀ ਹੋਰਾਂ ਨੇ ਦੱਸਿਆ ਕਿ ਤੁਸੀਂ ਸਾਡੇ ਪੰਜਾਬ ਇੰਸ਼ੋਰੈਂਸ ਦੀ ਟੀਮ ਦੇ ਨਾਲ ਕਦੀ ਵੀ ਸੰਪਰਕ ਕਰ ਸਕਦੇ ਹੋ ਮੈਂ ਸ਼ੁਰੂਆਤ ਇੱਥੋਂ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਪੰਜਾਬ ਇੰਸ਼ੋਰੈਂਸ ਨੂੰ ਹੀ ਕਿਉਂ ਫੋਨ ਕਰੋ ਕਿਉਂਕਿ ਪੰਜਾਬ ਇੰਸ਼ੋਰੈਂਸ ਦੀ ਇੱਕ ਬਹੁਤ ਵੱਡੀ ਟੀਮ ਹੈ ਜਿਵੇਂ ਗੁਰਿੰਦਰ ਜੀ ਤੁਸੀਂ ਦੱਸਿਆ ਕਿ ਅਸੀਂ ਕੈਨੇਡਾ ਦੇ ਹਰ ਸ਼ਹਿਰ ਦੇ ਵਿੱਚ ਮੌਜੂਦ ਹਾਂ ਇਸੇ ਲਈ ਸਕਰੀਨ ਤੇ ਕਾਫੀ ਸਾਰੇ ਨੰਬਰ ਨੇ ਕਈ ਦਰਸ਼ਕ ਸੋਚਦੇ ਹੋਣੇ ਨੇ ਵੀ ਇੰਨੇ ਸਾਰੇ ਨੰਬਰਾਂ ਦੀ ਕੀ ਜ਼ਰੂਰਤ ਹੈ ਉਹ ਇਸੇ ਕਰਕੇ ਆ ਕਿਉਂ ਮੈਂ ਪੰਜਾਬ ਇੰਸ਼ੋਰੈਂਸ ਦੀ ਟੀਮ ਦੇ ਬਾਰੇ ਵਿੱਚ ਥੋੜੀ ਜਿਹੀ ਗੱਲਬਾਤ ਕਰਨਾ ਚਾਹੁੰਦਾ ਆਪਣੇ ਦਰਸ਼ਕਾਂ ਦੇ ਨਾਲ ਸਾਨੂੰ ਇਸ ਚੀਜ਼ ਦਾ ਮਾਣ ਹੈ ਕਿ ਕੈਨੇਡਾ ਦੇ ਵਿੱਚ ਪੰਜਾਬ ਇੰਸ਼ੋਰੈਂਸ ਇੱਕ ਐਸੀ ਸੰਸਥਾ ਬਣ ਚੁੱਕੀ ਹੈ ਐਸੀ ਕੰਪਨੀ ਬਣ ਚੁੱਕੀ ਹੈ ਜਿਸ ਦੇ ਵਿੱਚ 10 ਤੋਂ ਜ਼ਿਆਦਾ ਐਸੇ ਐਡਵਾਈਜ਼ਰ ਨੇ ਜਿਨ੍ਹਾਂ ਦੇ ਕੋਲ ਕੈਨੇਡਾ ਦੇ ਵਿੱਚ ਸਾਰਿਆਂ ਨਾਲੋਂ ਹਾਈਐਸਟ ਡੈਜ਼ਿਗਨੇਸ਼ਨ ਹੈ ਜਿਹੜੀ ਕਿ ਕੈਨੇਡੀਅਨ ਇਸ ਇੰਡਸਟਰੀ ਦੇ ਵਿੱਚ ਹੈ ਹਾਂਜੀ ਅਗਰ ਕੈਨੇਡੀਅਨ ਇੰਸ਼ੋਰੈਂਸ ਇੰਡਸਟਰੀ ਦੀ ਆਪਾਂ ਗੱਲ ਕਰੀਏ ਤਾਂ ਉਸ ਦੇ ਵਿੱਚ ਸਾਰਿਆਂ ਨਾਲੋਂ ਹਾਈਐਸਟ ਡੈਜ਼ਿਗਨੇਸ਼ਨ ਹੁੰਦੀ ਹੈ ਚਾਰਟਰਡ ਲਾਈਫ ਅੰਡਰਰਾਈਟਰ ਦੀ ਸਾਨੂੰ ਮਾਣ ਹੈ ਇਸ ਚੀ ਕਿ ਪੰਜਾਬੀ ਇੰਸ਼ੋਰੈਂਸ ਦੇ ਆਫਿਸ ਦੇ ਵਿੱਚ 10 ਤੋਂ ਜ਼ਿਆਦਾ ਬੰਦੇ ਸੀਐਲਯੂ ਕਰ ਚੁੱਕੇ ਆ ਕੁਝ ਐਸੇ ਇਨਸਾਨ ਨੇ ਜਿਹੜੇ ਕੁਝ ਐਸੇ ਡਵਾਈਜ਼ਰ ਨੇ ਜਿਹੜੇ ਕਿ ਸੀਐਫਪੀ ਕਰ ਰਹੇ ਨੇ ਸੋ ਇਸ ਚੀਜ਼ ਦਾ ਸਾਨੂੰ ਮਾਣ ਹੈ ਮੈਨੂੰ ਵੀ ਮਾਣ ਹੈ ਇਸ ਚੀਜ਼ ਦਾ ਕਿ ਮੈਂ ਚਾਰਟਰਡ ਲਾਈਫ ਅੰਡਰਰਾਇਟਰ ਹਾਂ ਚਾਰਟਰਡ ਲਾਈਫ ਅੰਡਰਰਾਇਟਰ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਸਰੋਤਿਆਂ ਨੂੰ ਆਪਣੇ ਦਰਸ਼ਕਾਂ ਨੂੰ ਇਸ ਚੀਜ਼ ਦੇ ਨਾਲ ਜੋੜੀਏ ਕਿ ਉਹਨਾਂ ਨੂੰ ਵੱਧ ਤੋਂ ਵੱਧ ਇਨਫੋਰਮੇਸ਼ਨ ਦਿੱਤੀ ਜਾਵੇ ਇਨਫੋਰਮੇਸ਼ਨ ਆਪਾਂ ਇੰਸ਼ੋਰੈਂਸ ਦੀ ਤਾਂ ਹਰ ਰੋਜ਼ ਦਿੰਨੇ ਆ। ਤੁਸੀਂ ਵੀ ਤੁਹਾਨੂੰ ਪਤਾ ਹੈ ਕਿ ਆਪਾਂ ਹਮੇਸ਼ਾ ਇੰਸ਼ੋਰੈਂਸ ਦੀ ਗੱਲ ਕਰਦੇ ਆ। ਅੱਜ ਆਪਾਂ ਇੰਸ਼ੋਰੈਂਸ ਦੀ ਜਿਹੜੀ ਲਾਈਫ ਇੰਸ਼ੋਰੈਂਸ ਤੋਂ ਥੋੜੀ ਜਿਹੀ ਹਟ ਕੇ ਗੱਲ ਕਰਨਾ ਚਾਹੁੰਦੇ ਆ ਇੱਕ ਬਹੁਤ ਹੀ ਇੰਪੋਰਟੈਂਟ ਵਿਸ਼ਾ ਜਿਹੜਾ ਕਿ ਅਜੇ ਤੱਕ ਕਦੀ ਕਿਸੇ ਨੇ ਉਸ ਨੂੰ ਛੋਹਿਆ ਨਹੀਂ ਹੋਣਾ ਤੇ ਗੁਰਿੰਦਰ ਜੀ ਆਪਾਂ ਉਸ ਟਾਪਿਕ ਤੇ ਗੱਲ ਕਰਾਂਗੇ। ਬਿਲਕੁਲ ਰਣਜੀਤ ਜੀ ਤੁਸੀਂ ਜਦ ਵੀ ਸਾਡੇ ਸਟੂਡੀਓ ਵਿੱਚ ਪਹੁੰਚਦੇ ਹੋ ਸਾਡੇ ਦਰਸ਼ਕਾਂ ਵਾਸਤੇ ਬਹੁਤ ਹੀ ਵੱਖਰਾ ਟਾਪਿਕ ਲੈ ਕੇ ਪਹੁੰਚਦੇ ਹੋ ਤੇ ਤੁਸੀਂ ਸਾਨੂੰ ਦੱਸੋ ਅੱਜ ਸਾਡੇ ਦਰਸ਼ਕਾਂ ਲਈ ਤੁਸੀਂ ਕੀ ਲੈ ਕੇ ਆਏ ਹੋ? ਦ ਉਹ ਹੈਗਾ ਦਾਨ ਦੇਣ ਦਾ ਠੀਕ ਹੈ ਹੁਣ ਦਰਸ਼ਕ ਸੋਚਦੇ ਹੋਣਗੇ ਹੈ ਤਾਂ ਇੰਸ਼ੋਰੈਂਸ ਵਾਲੇ ਬੰਦੇ ਦਾਨ ਦੇਣ ਦੀਆਂ ਗੱਲਾਂ ਕਿਵੇਂ ਕਰਦੇ ਨੇ ਹਾਂਜੀ ਦਾਨ ਆਪਾਂ ਸਾਰੇ ਦਿੰਨੇ ਆ ਹੂੰ ਹੂੰ ਆਪਾਂ ਹਰੇਕ ਹੀ ਬੰਦਾ ਚਾਹੇ ਉਹ ਕਿਸੇ ਵੀ ਧਰਮ ਦੇ ਨਾਲ ਰਿਲੇਟਡ ਹੈ ਉਹ ਆਪਣੀ ਧਾਰਮਿਕ ਸੰਸਥਾ ਦੇ ਨਾਲ ਜੁੜਿਆ ਹੁੰਦਾ ਹੈ ਹਾਂਜੀ ਬੀਿੰਗ ਅ ਸਿੱਖ ਮੈਂ ਆਪਣੇ ਗੁਰਦੁਆਰੇ ਨਾਲ ਜੁੜਿਆ ਹੋਇਆ ਕੋਈ ਜਿਹੜਾ ਸਾਡੇ Hindu ਵੀਰ ਨੇ ਉਹ ਮੰਦਿਰ ਦੇ ਨਾਲ ਜੁੜੇ ਹੋਏ ਨੇ ਸਾਡੇ ਮੁਸਲਮ ਵੀਰ ਨੇ ਉਹ ਮਸਜਿਦਾਂ ਦੇ ਨਾਲ ਉਹਨਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਸਾਡੇ ਕ੍ਰਿਸਚੀਅਨ ਨੇ ਵੀਰ ਜਿਹੜੇ ਕਿ ਆਪਣੇ ਆਪਣੇ ਚਰਚ ਦੇ ਨਾਲ ਜੁੜੇ ਹੁੰਦੇ ਆ ਹਾਂਜੀ ਇਹ ਨਾਰਥ ਅਮਰੀਕਾ ਦੇ ਵਿੱਚ ਜਿਹੜੇ ਕ੍ਰਿਸਚਨ ਨੇ ਇਹ ਆਪਣੇ ਚਰਚਸ ਨੂੰ ਬਹੁਤ ਦਾਨ ਦਿੰਦੇ ਨੇ ਹਾਂਜੀ ਆਪਾਂ ਨੂੰ ਕਈ ਵਾਰੀ ਆਪਾਂ ਸੋਚਦੇ ਆਂ ਵੀ ਇਹ ਕਿੱਥੋਂ ਇੰਨਾ ਪੈਸਾ ਦਿੰਦੇ ਆ ਮਿਲੀਅਨਸ ਆਫ ਡਾਲਰ ਚਰਚਸ ਨੂੰ ਦਿੱਤਾ ਜਾਂਦਾ ਆ ਆਪਾਂ ਮਿਲੀਅਨ ਡਾਲਰ ਕਮਾ ਕੇ ਨਹੀਂ ਦੇ ਸਕਦੇ ਮੇਰਾ ਦਿਲ ਕਰਦਾ ਹੈ ਕਿ ਮੈਂ ਆਪਣੇ ਜਿਹੜੇ ਨੇੜੇ ਦਾ ਚਰਚ ਹੈ ਜਾਂ ਗੁਰਦੁਆਰਾ ਹੈ ਜਿਹੜਾ ਵੀ ਹੈ ਉਹਨੂੰ ਮੈਂ 50000 ਡਾਲਰ ਜਾਂ ਲੱਖ ਡਾਲਰ ਦਿਆਂ ਪਰ ਮੇਰੇ ਕੋਲ ਪੈਸੇ ਨਹੀਂ ਹੈਗੇ ਮੈਂ ਕਿਵੇਂ ਦੇ ਸਕਦਾ ਉਸੇ ਵਾਸਤੇ ਆਪਾਂ ਅੱਜ ਡਿਟੇਲ ਚ ਗੱਲ ਕਰਨੀ ਹੈ ਸਾਡੇ ਦਰਸ਼ਕਾਂ ਨੂੰ ਸਾਡੇ ਦਰਸ਼ਕਾਂ ਨੂੰ ਇਹ ਇੱਕ ਡਿਟੇਲ ਚ ਗੱਲਬਾਤ ਦੱਸਣੀ ਹੈ ਕੀ ਇਹ ਪੈਸਾ ਕਿੱਥੋਂ ਆਏਗਾ ਤੇ ਕਿਵੇਂ ਦਿੱਤਾ ਜਾ ਸਕਦਾ ਹੈ ਕੀ ਬਾਤ ਹੈ ਜਿੱਦਾਂ ਕਿ ਮੈਂ ਪਹਿਲਾਂ ਹੀ ਦੱਸਿਆ ਕਿ ਰਣਜੀਤ ਜੀ ਜਦੋਂ ਵੀ ਸਟੂਡੀਓ 'ਚ ਮੌਜੂਦ ਹੁੰਦੇ ਨੇ ਬਹੁਤ ਹੀ ਵੱਖਰੇ ਟੌਪਿਕਸ ਲੈ ਕੇ ਹਾਜ਼ਰ ਹੁੰਦੇ ਨੇ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਇਹਨਾਂ ਨਾਲ ਚੈਰੀਟੇਬਲ ਗਿਵਿੰਗ ਬਾਰੇ ਜੀ ਚੈਰੀਟੇਬਲ ਗਿਵਿੰਗ ਜਿਵੇਂ ਤੁਸੀਂ ਚੈਰੀਟੇਬਲ ਗਿਵਿੰਗ ਵਰਡ ਬਹੁਤ ਵਧੀਆ ਕੈਚ ਕੀਤਾ ਚੈਰੀਟੇਬਲ ਗਿਵਿੰਗ ਕੀ ਚੀਜ਼ ਹੈ ਜਿਹੜੀ ਵੀ ਸੰਸਥਾ ਚੈਰੀਟੇਬਲ ਗਿਵਿੰਗ ਵਾਸਤੇ ਅਥਾਰਾਈਜ਼ਡ ਹੋਈ ਹੋਈ ਹੈ ਹਾਂਜੀ ਕੈਨੇਡਾ ਦੀ ਰੈਵਨਿਊ ਏਜੰਸੀ ਵੱਲੋਂ ਉਹਨੂੰ ਇਹਨੂੰ ਡੈਜ਼ਿਗਨੇਟ ਕੀਤਾ ਜਾਂ ਇਹਨੂੰ ਤੁਸੀਂ ਚੈਰਿਟੀ ਦਿਓ ਤੇ ਉਹਦੇ ਵਿੱਚ ਉਹ ਤੁਹਾਨੂੰ ਤੁਸੀਂ 1 ਡਾਲਰ ਵੀ ਚੈਰਿਟੀ ਨੂੰ ਦਿੱਤਾ ਤਾਂ ਉਹ ਤੁਹਾਨੂੰ 1 ਡਾਲਰ ਦੀ ਰਸੀਦ ਦਿੰਦੇ ਆ ਉਸ ਰਸੀਦ ਦਾ ਤੁਸੀਂ ਕੀ ਕਰਨਾ ਉਹਨੂੰ ਤੁਸੀਂ ਜਦੋਂ ਟੈਕਸ ਫਾਈਲ ਕਰਨਾ ਤਾਂ ਉਹਨੂੰ ਯੂਜ਼ ਕਰਨਾ ਤਾਂ ਕਿ ਤੁਹਾਨੂੰ ਟੈਕਸ ਦੇ ਵਿੱਚੋਂ ਬਚਤ ਮਿਲ ਸਕੇ ਸੋ ਉਹਦੇ ਵਿੱਚ ਮੈਂ ਇੱਕ ਐਗਜ਼ਾਮਪਲ ਦਿੱਤੀ ਸੀ ਕਿ ਮੰਨ ਲਓ ਮੈਂ ਆਪਣੇ ਗੁਰਦੁਆਰੇ ਨੂੰ ਜਾਂ ਸਾਡੇ ਵੀਰ ਜਿਹੜੇ ਨੇ ਆਪਣੀ ਆਪਣੀ ਕਿਸੇ ਵੀ ਸੰਸਥਾ ਦੇ ਨਾਲ ਜੁੜੇ ਹੋਏ ਉਹਨਾਂ ਨੂੰ ਪੈਸਾ ਦੇਣਾ ਚਾਹੁੰਦੇ ਨੇ ਇੱਕ ਐਗਜ਼ਾਮਪਲ ਦੇ ਤੌਰ ਤੇ ਮੈਂ ਚਾਹੁੰਦਾ ਕਿ ਮੈਂ ਆਪਣੀ ਸੰਸਥਾ ਨੂੰ 20000 ਡਾਲਰ ਦੇਵਾਂ ਪਰ ਮੇਰੇ ਕੋਲ 20000 ਡਾਲਰ ਨਹੀਂ ਹੈਗਾ ਕਿਸੇ ਕੋਲ ਵੀ ਨਹੀਂ ਹੁੰਦੇ ਦੇਣ ਵਾਸਤੇ ਹਾਂਜੀ ਕੋਈ ਬਹੁਤ ਅਮੀਰ ਬੰਦੇ ਹੋਣਗੇ ਉਹਨਾਂ ਦੀ ਗੱਲ ਛੱਡ ਦਿੰਦੇ ਆਪਾਂ ਆਮ ਨਾਗਰਿਕਾਂ ਦੀ ਗੱਲ ਕਰਦੇ ਆ ਜਿਹੜੇ ਕਿ ਸਾਡੇ ਵਰਗੇ ਆ ਹਾਂਜੀ ਪਰ ਉਹਦੇ ਉਹਨੂੰ ਦੇਣ ਵਾਸਤੇ ਇੰਸ਼ੋਰੈਂਸ ਇੰਡਸਟਰੀ ਦੇ ਥਰੂ ਜਾਇਆ ਜਾਵੇ ਤਾਂ ਬਹੁਤ ਹੀ ਵਧੀਆ ਇੱਕ ਤਰੀਕਾ ਹੈ ਤਰੀਕਾ ਇਹ ਹੈ ਕਿ ਉਸ ਉਸ ਇਨਸਾਨ ਦੀ 20000 ਡਾਲਰ ਦੀ ਇੰਸ਼ੋਰੈਂਸ ਕੀਤੀ ਜਾਏ ਉਸ ਦਾ ਜਿਹੜਾ ਬੈਨੇਫਿਸ਼ੀਰੀ ਆ ਉਸ ਸੰਸਥਾ ਨੂੰ ਬਣਾਇਆ ਜਾ ਸਕਦਾ ਹੈ ਉਹ ਸੰਸਥਾ ਗੁਰਦੁਆਰਾ ਹੋ ਹਸਪੀਟਲ ਹੋ ਸਕਦਾ ਹੈ ਲਾਇਬ੍ਰੇਰੀ ਹੋ ਸਕਦੀ ਹੈ ਹਸਪੀਟਲ ਦੇ ਨਾਲ ਨਾਲ ਜਿਹੜੀਆਂ ਰਿਲੇਟਡ ਹੋਰ ਸੰਸਥਾਵਾਂ ਨੇ ਜਿਵੇਂ ਕੈਂਸਰ ਰਿਸਰਚ ਸੁਸਾਇਟੀ ਹੈ ਬ੍ਰੈਸਟ ਕੈਂਸਰ ਰਿਸਰਚ ਸੁਸਾਇਟੀ ਹੈ ਹਾਰਟ ਐਂਡ ਸਟ੍ਰੋਕ ਫਾਊਂਡੇਸ਼ਨ ਹੈ ਬਹੁਤ ਸਾਰੀਆਂ ਸੰਸਥਾਵਾਂ ਨੇ ਤੁਸੀਂ ਅਗਰ ਵੈਬਸਾਈਟ ਤੇ ਜਾ ਕੇ ਦੇਖੋ ਤੇ ਤੁਹਾਨੂੰ ਉੱਥੇ ਐਡੀ ਲੰਬੀ ਲਿਸਟ ਮਿਲਦੀ ਹੈ ਜਿਹੜੀਆਂ ਸੰਸਥਾਵਾਂ ਕੈਨੇਡਾ ਰੈਵਨਿਊ ਏਜੰਸੀ ਵੱਲੋਂ ਕੀਤੀਆਂ ਹੋਈਆਂ ਨੇ ਕਿ ਇਹ ਡੈਜ਼ਿਗਨੇਟਡ ਹੈ ਉਹਨਾਂ ਦੀ ਸੰਸਥਾ ਨੂੰ ਕਿਸੇ ਨੂੰ ਵੀ ਤੁਸੀਂ ਪੈਸਾ ਦੇਣਾ ਉਹ ਇੰਸ਼ੋਰੈਂਸ ਪਾਲਸੀ ਲਿਖ ਕੇ ਉਸ ਦਾ ਡੈਜ਼ਿਗਨੇਸ਼ਨ ਜਿਹੜਾ ਆ ਉਸ ਦਾ ਬੈਨੀਫਿਸ਼ੀਰੀ ਉਹ ਨਾਮਜ਼ਦ ਕਰ ਦਿੱਤਾ ਜਾਂਦਾ ਸੋ ਜਦੋਂ ਵੀ ਉਸ ਇਨਸਾਨ ਦੀ ਡੈਥ ਹੁੰਦੀ ਹੈ ਤਾਂ ਉਹ ਜਿਹੜੇ ਪੈਸੇ ਆ ਆਟੋਮੈਟਿਕਲੀ ਉਸ ਸੰਸਥਾ ਨੂੰ ਚਲੇ ਜਾਂਦੇ ਆ ਔਰ ਉਹ ਸੰਸਥਾ ਨੂੰ ਟੈਕਸ ਫਰੀ ਜਾਂਦੇ ਆ ਹਾਂਜੀ ਇਹਦੇ ਵਿੱਚ ਤਿੰਨ ਚਾਰ ਜਿਹੜੀਆਂ ਚੀਜ਼ਾਂ ਨੇ ਬਹੁਤ ਜ਼ਿਆਦਾ ਆਪਾਂ ਨੂੰ ਇੰਪੋਰਟੈਂਟ ਨੇ ਉਹ ਆਪਾਂ ਅੱਗੇ ਜਾ ਕੇ ਪੁਆਇੰਟ ਵਾਈਜ਼ ਉਹਨਾਂ ਨੂੰ ਆਪਾਂ ਕਰਦੇ ਆਂ ਡੀਟੇਲ ਦੇ ਵਿੱਚ ਠੀਕ ਹੈ ਜੀ ਤੁਸੀਂ ਜਿਹੜੇ ਉਹ ਪ੍ਰੋਗਰਾਮ ਜਰਾ ਸੋਚੋ ਦੇ ਨਾਲ ਪੰਜਾਬ ਇੰਸ਼ੋਰੈਂਸ ਦੇ ਕਿਸੇ ਵੀ ਦਫ਼ਤਰ ਨਾਲ ਤੁਸੀਂ ਸੰਪਰਕ ਕਰਨਾ ਚਾਹੁੰਦੇ ਹੋ ਜਿੱਦਾਂ ਕਿ ਅਸੀਂ ਬਾਰ ਬਾਰ ਦੱਸਦੇ ਆਂ ਕਿ ਸਕਰੀਨ ਤੇ ਇਹਨਾਂ ਦੇ ਨੰਬਰਸ ਮੌਜੂਦ ਹਨ ਤੁਸੀਂ ਕਿਸੇ ਵੀ ਫੋਨ ਨੰਬਰ ਤੇ ਫੋਨ ਕਰਕੇ ਕਿਸੇ ਵੀ ਫਾਈਨੈਂਸ਼ੀਅਲ ਐਡਵਾਈਜ਼ਰ ਨਾਲ ਗੱਲਬਾਤ ਕਰ ਸਕਦੇ ਹੋ ਜੇ ਤੁਸੀਂ ਕਿਸੇ ਆਪਣੇ ਮਨਪਸੰਦ ਦਾ ਫਾਈਨੈਂਸ਼ੀਅਲ ਐਡਵਾਈਜ਼ਰ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਵੀ ਇਹਨਾਂ ਹੀ ਫੋਨਸ ਦੇ ਜ਼ਰੀਏ ਸੰਪਰਕ ਕਰ ਸਕਦੇ ਹੋ ਰਣਜੀਤ ਜੀ ਜਿੱਦਾਂ ਕਿ ਤੁਸੀਂ ਆਪਾਂ ਹੁਣੇ ਗੱਲਬਾਤ ਕਰ ਰਹੇ ਆਂ ਕਿ ਤੁਸੀਂ ਦਰਸ਼ਕਾਂ ਤੱਕ ਲੈ ਕੇ ਆਏ ਹੋ ਚੈਰੀਟੇ ਜੀ ਮੈਂ ਪਰਸਨਲ ਤੌਰ ਤੇ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਮੈਨੂੰ ਚੈਰੀਟੇਬਲ ਗਿਵਿੰਗ ਬਾਰੇ ਬਿਲਕੁਲ ਕੋਈ ਨੋਲੇਜ ਨਹੀਂ ਹੈਗੀ ਤੇ ਮੈਂ ਸ਼ੋਰ ਹੈਗੀ ਆ ਕਿ ਬਹੁਤ ਆਪਣੇ ਦਰਸ਼ਕ ਵੀ ਇਹ ਜਿਹੇ ਹੋਣਗੇ ਜਿਨ੍ਹਾਂ ਨੂੰ ਚੈਰੀਟੇਬਲ ਗਿਵਿੰਗ ਕੀ ਚੀਜ਼ ਆ ਪਤਾ ਵੀ ਨਹੀਂ ਹੋਵੇਗਾ ਜੀ ਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਆ ਰੰਜੀਤ ਜੀ ਵੀ ਤੁਸੀਂ ਦੱਸੋ ਵੀ ਜੇ ਕੋਈ ਇਸ ਪਾਸੇ ਨੂੰ ਜਾਣਾ ਚਾਹੁੰਦਾ ਟਰਨਣਾ ਚਾਹੁੰਦਾ ਉਹ ਕੀ ਉਹਨਾਂ ਦੀ ਕਿੱਥੋਂ ਸਟਾਰਟ ਕਰ ਸਕਦੇ ਆ ਕਿ ਸਟਾਰਟਿੰਗ ਪੁਆਇੰਟ ਹੈ ਕਿ ਐਲੀਜੀਬਲਟੀ ਦਾ ਕੁਝ ਹੈ ਇਸ ਵਿੱਚ ਠੀਕ ਜੀ ਗੁਰਿੰਦਰ ਜੀ ਬਹੁਤ ਵਧੀਆ ਤੁਹਾਡਾ ਕੁਐਸਚਨ ਹੈ ਕਿ ਕੌਣ ਐਲੀਜੀਬਲ ਹੈ ਐਲੀਜੀਬਿਲਟੀ ਵਾਸਤੇ ਦੇਖੋ ਐਕਚੁਅਲੀ ਹੈ ਤਾਂ ਇੰਸ਼ੋਰੈਂਸ ਪਲਾਨ ਹੈ ਜਿਹੜੇ ਵੀ ਬੰਦੇ ਨੇ ਪੈਸੇ ਦੇਣੇ ਨੇ ਧਾਰਮਿਕ ਸੰਸਥਾ ਨੂੰ ਉਹਦੀ ਇੰਸ਼ੋਰੈਂਸ ਹੋਣੀ ਹੈ ਇੰਸ਼ੋਰੈਂਸ ਕਰਾਉਣ ਵਾਸਤੇ ਜੋ ਬੇਸਿਕ ਕੁਆਲੀਫਿਕੇਸ਼ਨਸ ਹੁੰਦੀਆਂ ਨੇ ਕਿ ਤੁਹਾਡੀ ਏਜ ਜਿਹੜੀ ਹੈ ਬਹੁਤ ਜ਼ਿਆਦਾ ਨਾ ਹੋਵੇ 80 ਸਾਲ ਤੱਕ ਹੋਵੇ 80 ਸਾਲ ਤੱਕ ਵੀ ਇੰਸ਼ੋਰੈਂਸ ਮਿਲ ਜਾਂਦੀ ਹੈ ਠੀਕ ਹੈ ਜੀ ਤੇ ਨਾਲ ਤੁਹਾਡੀ ਹੈਲਥ ਠੀਕ ਹੋਣੀ ਚਾਹੀਦੀ ਹੈ ਦੋਨੇ ਚੀਜ਼ਾਂ ਸੋ ਜਿਹੜੇ ਜਿਹੜੀ ਉਸ ਏਜ ਦੇ ਵਿੱਚ ਸਾਡੇ ਬਜ਼ੁਰਗ ਦਰਸ਼ਕ ਨੇ ਜਿਹੜੇ ਇਸ ਚੀਜ਼ ਨੂੰ ਦੇਖ ਰਹੇ ਨੇ ਉਹਨਾਂ ਦੇ ਦਿਲਾਂ ਵਿੱਚ ਕਿਤੇ ਨਾ ਕਿਤੇ ਜ਼ਰੂਰ ਹੋਵੇਗਾ ਕਿ ਅਸੀਂ ਇਸ ਧਾਰਮਿਕ ਸੰਸਥਾ ਨੂੰ ਪੈਸੇ ਦੇਣਾ ਚਾਹੁੰਦੇ ਸੀ ਸੁਪੋਜ਼ ਕਰੋ ਆਪਣੇ ਕਈ ਬਜ਼ੁਰਗ ਨੇ ਜਿਹੜੇ ਕੀ ਸੋਚਦੇ ਹੋਣੇ ਆ ਵੀ ਅਸੀਂ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਪੈਸੇ ਦੇਣਾ ਚਾਹੁੰਦੇ ਆ ਪਰ ਹੁੰਦੇ ਨਹੀਂ ਪੈਸੇ ਇਹਨੇ ਆਪਾਂ ਇੱਥੇ ਬੈਠ ਕੇ ਉਹ ਮਸਲਾ ਹੱਲ ਕਰ ਸਕਦੇ ਆਂ ਅਗਰ ਉਹਨਾਂ ਦੇ ਦਿਲ ਵਿੱਚ ਹਾਲੇ ਵੀ ਹੈਗੀ ਆ ਵੀ ਅਸੀਂ ਇੰਡੀਆ ਨੂੰ ਉੱਥੇ ਪੈਸੇ ਦੇਣੇ ਨੇ ਇਹ ਵੀ ਹੋ ਸਕਦਾ ਜਰੂਰੀ ਨਹੀਂ ਕਿ ਉਹ ਸੰਸਥਾ ਕੈਨੇਡਾ ਯੂ ਐਸ ਏ ਚ ਹੀ ਹੋਵੇ ਇੰਡੀਆ 'ਚ ਹੋਵੇ ਵੱਡੀ ਸੰਸਥਾ ਹੋਣੀ ਚਾਹੀਦੀ ਹੈ ਔਰ ਰਜਿਸਟਰਡ ਹੋਣੀ ਚਾਹੀਦੀ ਐਜ਼ ਅ ਚੈਰੀਟੇਬਲ ਡੋਨੇਸ਼ਨ ਦੇਣ ਵਾਸਤੇ ਛੋਟੇ ਕੋਈ ਛੋਟਾ ਜਿਹਾ ਕਿਸੇ ਪਿੰਡ ਦਾ ਗੁਰਦੁਆਰਾ ਵਗੈਰਾ ਉਹ ਨਹੀਂ ਗੱਲ ਬਣਨੀ ਵੱਡੀਆਂ ਸੰਸਥਾਵਾਂ ਜਿਸ ਤਰ੍ਹਾਂ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਆ ਜਾਂ ਹੋਰ ਇਤਿਹਾਸਿਕ ਗੁਰਦੁਆਰੇ ਨੇ ਜਾਂ ਮੰਦਰ ਨੇ ਜਾਂ ਵੱਡੀਆਂ ਮਸਜਿਦਾਂ ਨੇ ਆਪਣੇ ਮੁਸਲਮਾਨ ਵੀਰਾਂ ਵਾਸਤੇ ਜਾਂ ਕੋਈ ਚਰਚਸ ਨੇ ਉਹ ਕਿਤੇ ਵੀ ਦੁਨੀਆ ਦੇ ਹਿੱਸੇ 'ਚ ਹੋ ਸਕਦੇ ਨੇ ਉਹ ਦੇ ਵਾਸਤੇ ਉਹ ਇੰਸ਼ੋਰੈਂਸ ਹੋਣੀ ਹੈ ਉਹਨਾਂ ਦਾ ਬੈਨੀਫੀਸ਼ੀਅਰ ਉਹਨਾਂ ਨੂੰ ਬਣਾਇਆ ਜਾਣਾ ਇਸ ਲਈ ਇੰਸ਼ੋਰੇਬਿਲਟੀ ਜ਼ਰੂਰੀ ਹੈ ਕਿ ਬੰਦੇ ਦੀ ਏਜ ਤੇ ਜਿਹ ਉਸ ਤੋਂ ਅੱਗੇ ਗੁਰਿੰਦਰ ਜੀ ਜਿਸ ਤਰ੍ਹਾਂ ਕਿ ਤੁਸੀਂ ਗੱਲ ਕੀਤੀ ਸੀ ਕਿ ਉਸ ਤੋਂ ਅੱਗੇ ਆਪਾਂ ਇਸ ਗੱਲ ਨੂੰ ਅੱਗੇ ਤੋਰਦੇ ਹਾਂ ਕਿ ਕੁਝ ਮਹੀਨੇ ਪਹਿਲਾਂ ਮੇਰਾ خیال ਸਾਲ ਕੁ ਪਹਿਲਾਂ ਦੀ ਗੱਲ ਹੈ ਕਿ ਆਪਣੇ ਇੱਥੇ ਟੋਰਾਂਟੋ ਦੇ ਵਿੱਚ ਇੱਕ ਹਸਪਤਾਲ ਨੂੰ ਦਾਨ ਦੇਣ ਵਾਸਤੇ ਗੱਲਬਾਤ ਕੀਤੀ ਰੇਡੀਓ ਤੇ ਰੇਡੀਓ ਥਾਨ ਕੀਤੇ ਗਏ ਸਾਡੇ ਸਰੋਤੇ ਨੇ ਜਿਸ ਤਰ੍ਹਾਂ ਕਿ ਦਰਸ਼ਕ ਨੇ ਜਿਹੜੇ ਇਹ ਬਹੁਤ ਦਾਨ ਦੇਣ ਵਾਲੇ ਨੇ ਇਸੇ ਤਰ੍ਹਾਂ ਹੀ ਰੇਡੀਓ ਦੇ ਉੱਤੇ ਵੀ ਉਹਨਾਂ ਦੇ ਸਰੋਤਿਆਂ ਨੇ ਬਹੁਤ ਦਾਨ ਦਿੱਤਾ ਲੋਕਾਂ ਨੇ ਮੇਰੇ ਖਿਆਲ ਕੋਈ 1000 ਡਾਲਰ ਤਕਰੀਬ ਪੈਸਾ ਇਕੱਠਾ ਕਰਕੇ ਦਿੱਤਾ ਉੱਥੇ ਉਸ ਹਸਪਤਾਲ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਇੱਕ ਯੂਨਿਟ ਬਣਾਉਣਾ ਬਣਾਇਆ ਜਾਣਾ ਸੀ ਲੋਕਾਂ ਨੇ ਕੁਝ ਲੋਕਾਂ ਨੇ ਆਪਣੇ ਆਪਣੇ ਪਰਿਵਾਰ ਦੇ ਬਜ਼ੁਰਗਾਂ ਦੇ ਨਾਮ ਤੇ ਕਮਰੇ ਬੁੱਕ ਕੀਤੇ ਜਿਨ੍ਹਾਂ ਕੋਲ ਲੋਕਾਂ ਕੋਲ ਪੈਸੇ ਹੈਗੇ ਸੀ ਉਹਨਾਂ ਨੇ ਤਾਂ ਦੇ ਲਏ ਕਈ ਲੋਕ ਇਹ ਸੋਚਦੇ ਸੀ ਵੀ ਸਾਡੇ ਕੋਲ ਪੈਸਾ ਹੁੰਦਾ ਤਾਂ ਕਾਸ਼ ਅਸੀਂ ਵੀ ਉੱਥੇ ਆਪਣਾ ਨਾਮ ਲਿਖਾ ਸਕਦੇ ਉਸ ਉਸ ਕਮਰੇ ਦੇ ਅਗੇ ਆਪਣੇ ਬਜ਼ੁਰਗਾਂ ਦਾ ਨਾਮ ਲਿਖਾਇਆ ਜਾ ਸਕਦਾ ਉਸ ਮਸਲੇ ਨੂੰ ਹੱਲ ਕਰਨ ਲਈ ਸਾਡੇ ਕੋਲ ਬਹੁਤ ਵਧੀਆ ਹੱਲ ਹੈ ਸਾਡੇ ਕੋਲ ਪਲਾਨ ਹੈ ਕਿਉਂਕਿ ਅਸੀਂ ਉਸ ਦੇ ਸਪੈਸ਼ਲਿਸਟ ਆ ਇਸ ਚੀਜ਼ ਦੇ ਵਾਸਤੇ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਇੱਕ ਚੀਜ਼ ਮੈਂ ਜਿਹੜੀ ਹੋਰ ਪੁਆਇੰਟ ਆਊਟ ਕਰਨਾ ਚਾਹੁੰਦਾ ਕਿ ਆਪਣੇ ਜਿਹੜੇ ਹਿੰਦੁਸਤਾਨੀ ਸਰੋਤੇ ਨੇ ਜਾਂ ਦਰਸ਼ਕ ਨੇ ਸਾਡੇ ਉਹਨਾਂ ਨੂੰ ਪਤਾ ਹੈ ਕਿ ਹਿੰਦੁਸਤਾਨ ਦੇ ਵਿੱਚ ਸੁਨੀਲ দত্ত ਹੋਰੀ ਇੱਕ ਬਹੁਤ ਵੱਡੀ ਸੰਸਥਾ ਜਿਹੜੀ ਆ ਉਹ ਚਲਾਉਂਦੇ ਨੇ ਜਿਹੜੀ ਕਿ ਉਹਨਾਂ ਦੀ ਵਾਈਫ ਦੀ ਯਾਦ ਵਿੱਚ ਕੈਂਸਰ ਰਿਸਰਚ ਦੇ ਨਾਂ 'ਤੇ ਲਿਆ ਨਰਗਿਸ দত্ত ਨਰਗਿਸ দত্ত ਸਾਰਿਆਂ ਨੂੰ ਪਤਾ ਹੋਣਾ ਸਾਡੇ ਦਰਸ਼ਕਾਂ ਨੇ ਸਾਰਿਆਂ ਨੇ ਉਹਨਾਂ ਦੀ ਮੂਵੀਜ਼ ਦੇਖੀਆਂ ਹੈ ਇਸ ਤਰ੍ਹਾਂ ਦੀ ਪ੍ਰੋਮੀਨੈਂਟ ਸੰਸਥਾ ਨੂੰ ਤੁਸੀਂ ਅਗਰ ਦਾਨ ਦੇਣਾ ਚਾਹੁੰਦੇ ਹੋ ਕਿਉਂਕਿ ਉਹ ਉਹਨਾਂ ਦੇ ਇੱਥੇ ਜ਼ਰੂਰ ਹੋਣਗੇ ਜਿਹੜੇ ਕਿ ਉਹਨਾਂ ਨੂੰ ਦੇਣਾ ਚਾਹੁੰਦੇ ਨੇ ਬਿਲਕੁਲ ਜੀ ਉਹਨਾਂ ਦੇ ਮੈਂ ਦੱਸਣਾ ਚਾਹਾਂਗੀ ਰਣਜੀਤ ਜੀ ਕਿ ਰੇਡੀਓਥਨ ਕਰਾਉਂਦੇ ਰਹੇ ਜਿੰਨੀ ਦੇਰ ਸੁਨੀਲਦਰ ਜੀ ਜਿਉਂਦੇ ਸੀਗੇ ਉਹ ਵੈਨਕੂਵਰ ਆਉਂਦੇ ਸੀਗੇ ਤੇ ਉੱਥੇ ਦੀ ਕਮਿਊਨਿਟੀ ਤੋਂ ਹੈਲਪ ਲੈਂਦੇ ਸੀ ਰੇਡੀਓਥਨ ਮੈਂ ਪਰਸਨਲੀ ਰੇਡੀਓਥਨ ਕੀਤਾ ਹੈ ਨਰਗਿਸ ਜਤ ਤੁਹਾਡਾ ਹੈਂਡਸ-ਆਨ ਹੈਂਡਸ-ਆਨ ਐਕਸਪੀਰੀਅੰਸ ਹੈ ਤੁਹਾਡਾ ਤੇ ਉਸ ਵਾਸਤੇ ਦੇਖੋ ਕਿੰਡੀ ਵਧੀਆ ਗੱਲ ਹੈ ਕਿ ਲੋਕ ਚਾਹੁੰਦੇ ਨੇ ਉਸ ਕੈਂਸਰ ਰਿਸਰਚ ਨੂੰ ਪੈਸਾ ਦੇਣਾ ਚਾਹੁੰਦਾ ਪਰ ਹਰੇਕ ਬੰਦੇ ਕੋਲ ਉਹਨੇ ਪੈਸੇ ਨਹੀਂ ਹੁੰਦੇ ਦੇਣ ਲਈ ਉਹਦੇ ਲਈ ਆਪਾਂ ਛੋਟੀਆਂ-ਛੋਟੀਆਂ ਕਿਸ਼ਤਾਂ ਦੇ ਵਿੱਚ ਅਗਰ ਕਿਸੇ ਇਨਸਾਨ ਨੇ ਉਹਨੂੰ 1 ਲੱਖ ਡਾਲਰ ਦੇਣਾ ਹੈ ਇੱਥੋਂ ਦਾ 1 ਲੱਖ ਡਾਲਰ ਇੰਡੀਆ ਦਾ 40 ਲੱਖ ਰੁਪਿਆ ਬਣਦਾ ਹੈ ਅਗਰ ਉੱਥੇ 1 ਲੱਖ ਡਾਲਰ ਦੇਣਾ ਹੈ ਤਾਂ 1 ਲੱਖ ਡਾਲਰ ਦੀ ਪਲਾਨ ਕੋਈ ਤੁਹਾਨੂੰ ਬਹੁਤ ਹੀ ਮਹਿੰਗੀ ਨਹੀਂ ਪੈਣੀ ਤੁਸੀਂ 100-150-50 ਡਾਲਰ ਮ ਸੰਸਥਾ ਨੂੰ ਚਲੇ ਜਾਣਾ ਇੱਕ ਐਗਜ਼ਾਮਪਲ ਹੋਰ ਹੈ ਪਾਕਿਸਤਾਨ ਦੀ ਸਾਡੇ ਚ ਪਾਕਿਸਤਾਨੀ ਦਰਸ਼ਕ ਵੀ ਸੁਣਦੇ ਹੁੰਦੇ ਨੇ ਦੇਖਦੇ ਹੁੰਦੇ ਨੇ ਸਾਨੂੰ ਉੱਥੇ ਇਮਰਾਨ ਖਾਨ ਹੋਰੀ ਨੇ ਜਿਹੜੇ ਕਿ ਬੜੇ ਹੀ ਸਾਰਿਆਂ ਨੂੰ ਪਤਾ ਹੈ ਕਿ ਉਹ ਕ੍ਰਿਕਟਰ ਨੇ ਉਹਨਾਂ ਨੇ ਉੱਥੇ ਇੱਕ ਹਸਪੀਟਲ ਬਣਾਇਆ ਆਪਣੀ ਮਦਰ ਦੀ ਯਾਦ ਵਿੱਚ ਮਦਰ ਦੀ ਯਾਦ ਦੇ ਵਿੱਚ ਹਾਂਜੀ ਜੀ ਅਗਰ ਤੁਸੀਂ ਅਗਰ ਤੁਸੀਂ ਉਸ ਸੰਸਥਾ ਨੂੰ ਪ੍ਰਸਾਦ ਦੇਣਾ ਚਾਹੁੰਦੇ ਹੋ ਤੁਹਾਡੇ ਕੋਲ ਇਸ ਟਾਈਮ ਇਹਨੇ ਪੈਸੇ ਨਹੀਂ ਦੇਣ ਲਈ ਉਹਦੇ ਲਈ ਸਾਡੇ ਕੋਲ ਹੱਲ ਹੈ ਹੱਲ ਉਹੀ ਹੈ ਕਿ ਅਗਰ ਤੁਸੀਂ ਸਾਨੂੰ ਫੋਨ ਕਰੋਗੇ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਨੂੰ ਪਲਾਨ ਜਿਹੜੀ ਉਹ ਕਿਨੇਕ ਚ ਪੈਂਦੀ ਹੈ ਅਗਰ ਤੁਸੀਂ ਉਹਨਾਂ ਨੂੰ 1 ਲੱਖ ਡਾਲਰ ਦੇਣਾ ਜਾਂ 2 ਲੱਖ ਦੇਣਾ ਭਾਵੇਂ 1/2 ਮਿਲੀਅਨ ਡਾਲਰ ਵੀ ਤੁਸੀਂ ਦੇ ਸਕਦੇ ਹੋ ਇਟਸ ਯੂਰ ਹਿੰਮਤ ਹੈ ਕਿ ਤੁਸੀਂ ਉਹਨੂੰ ਕਿੰਨੇ ਕੁ ਪੈਸੇ ਪਾ ਕੇ ਦੇ ਸਕਦੇ ਹੋ ਉਹਦੇ ਵਾਸਤੇ ਤੁਸੀਂ ਸਾਨੂੰ ਫੋਨ ਕਰੋ ਸਕਰੀਨ ਤੇ ਲਿਖੇ ਹੋਏ ਨੰਬਰਾਂ ਤੇ ਫੋਨ ਕਰੋਗੇ ਤਾਂ ਅਸੀਂ ਤੁਹਾਨੂੰ 1 ਟੂ 1 ਬੈਠ ਕੇ ਇਨੂੰ ਹੋਰ ਡੀਟੇਲ ਦੇ ਵਿੱਚ ਅਸੀਂ ਤੁਹਾਡੇ ਨਾਲ ਡਿਸਕਸ ਕਰਕੇ ਤੇ ਤੁਹਾਨੂੰ ਵਧੀਆ ਪਲਾਨ ਦੱਸ ਸਕਦੇ ਹਾਂ ਰਣਜੀਤ ਜੀ ਬਿਲਕੁਲ ਤੁਹਾਡੇ ਨਾਲ ਗੱਲਬਾਤ ਕਰਕੇ ਅੱਜ ਚੈਰੀਟੇਬਲ ਗਿਵਿੰਗ ਬਾਰੇ ਕਾਫੀ ਕੁਝ ਪਤਾ ਲੱਗਣ ਨੂੰ ਮਿਲਿਆ ਇਨਫੈਕਟ ਮੇਰੇ ਮਨ 'ਚ ਇਹ ਮਿੱਥ ਸੀਗਾ ਬਹੁਤ ਵੱਡਾ ਹੀ ਮਿੱਥ ਸੀ ਵੀ ਜਿਹੜੀ ਡੋਨੇਸ਼ਨਸ ਹੈਗੀਆਂ ਵੱਡੀਆਂ ਡੋਨੇਸ਼ਨਸ ਰੀਸੈਂਟਲੀ ਵੀ ਸੁਣਿਆ ਸੀ ਜਿਹੜਾ ਆਪਣਾ ਹਸਪੀਟਲ ਆ ਉਸ ਨੂੰ ਬਹੁਤ ਵੱਡੀ ਡੋਨੇਸ਼ਨ ਦਿੱਤੀ ਗਈ ਸੀ ਤੇ ਬ੍ਰੈਮਟਨ ਵਿੱਚ ਤੇ ਮੈਨੂੰ ਇਹ ਸੀਗਾ ਵੀ ਜਿਹੜੇ ਓਕੇ ਵੈਲੋ ਆਫ ਨੇ ਬਹੁਤ ਰਿਚ ਨੇ ਉਹੀ ਡੋਨੇਸ਼ਨਸ ਦੇ ਸਕਦੇ ਨੇ ਸਾਡੇ ਵਰਗੀ ਡੋਨੇਸ਼ਨਸ ਨਹੀਂ ਕਰ ਸਕਦੇ ਸੋ ਐਟਲੀਸਟ ਸੋਤ ਜੇ ਪਤਾ ਚਲ ਗਿਆ ਹੈ ਵੀ ਨਹੀਂ ਆਪਾਂ ਜਿੰਨਾ ਕੁ ਆਪਣੀ ਚ ਸਮਰਤਾ ਹੈਗੀ ਆਪਾਂ ਜਿਉਂਦੇ ਜੀ ਤਾਂ ਉਨੀ ਕੰਟਰੀਬਿਊਸ਼ਨਸ ਕਰਦੇ ਹੀ ਰਹਨੇ ਆ 20 50 ਦੇ ਕੇ ਪਰ ਉਸੇ ਤਰੀਕੇ ਨਾਲ ਆਪਾਂ ਆਪਣੀ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਆਪਾਂ ਜਿਸ ਜਿਸ ਸੰਸਥਾਾਂ ਨਾਲ ਜੁੜੇ ਹੋਏ ਆ ਚਾਹੇ ਉਹ ਧਾਰਮਿਕ ਹੈ ਜਾਂ ਕੋਈ ਸਕੂਲ ਹੈ ਜਾਂ ਕੋਈ ਕਾਲਜ ਹੈ ਆਪਣੀ ਕਿਸੇ ਵੀ ਆਪਣੀ ਕੰਟਰੀ ਵਿੱਚ ਹੀ ਆਪਣੀ ਓਨ ਕੰਟਰੀ ਵਿੱਚ ਜਾਂ ਤੁਸੀਂ ਦੁਨੀਆ ਦੇ ਕਿਸੇ ਵੀ ਹੋਰ ਕੋਨੇ ਵਿੱਚ ਜਨਰੇਸ਼ਨ ਕਰਨਾ ਚਾਹੁੰਦੇ ਹੋ ਤਾਂ ਆਪਣੀ ਜਾਣ ਤੋਂ ਬਾਅਦ ਵੀ ਤੁਸੀਂ ਇੱਕ ਆਪਣਾ ਜਿਹੜਾ ਹੈਗਾ ਨਾਮ ਉਸ ਉੱਥੇ ਛੱਡ ਕੇ ਜਾ ਸਕਦੇ ਹੋ ਆਪਣੀ ਇੱਕ ਛਾਪ ਛੱਡ ਕੇ ਜਾ ਸਕਦੇ ਹੋ ਔਰ ਜੇਕਰ ਤੁਸੀਂ ਇਹ ਕਰਨਾ ਚਾਹੁੰਦੇ ਹੋ ਤਾਂ ਪੰਜਾਬ ਇੰਸ਼ੋਰੈਂਸ ਦੇ ਲਿਖੇ ਨੰਬਰਸ ਤੇ ਸੰਪਰਕ ਕਰ ਸਕਦੇ ਹੋ When risk strikes, life never comes back the same way. Are you covered for unexpected loss? Do you have any health condition? Have you been recently declined? Is your insurance premium affordable? Our team of licensed insurance advisors at PennJob Insurance will help you possibly save up to 30%. You can get life insurance at affordable rates, premiums as low as $15 a month. For a non-obligatory quote, call us at 1-888-978-6522. Begin your journey towards simple, affordable protection. ਰਣਜੀਤ ਜੀ ਆਪਾਂ ਗੱਲਬਾਤ ਕਰ ਰਹੇ ਹਾਂ ਚੈਰੀਟੇਬਲ ਗਿਵਿੰਗ ਬਾਰੇ ਜਿੱਦਾਂ ਕਿ ਆਪਾਂ ਜਾਣਦੇ ਹਾਂ ਕੈਨੇਡਾ ਇੱਕ ਵੈਰੀ ਹਾਈ ਟੈਕਸੇਬਲ ਕੰਟਰੀ ਹੈਗੀ ਯਾਨੀ ਆਪਾਂ ਬਹੁਤ ਜ਼ਿਆਦਾ ਟੈਕਸਿਸ ਦੰਨੇ ਹੈਗੇ ਆ ਰਾਈਟ ਤੇ ਮੈਂ ਪੁੱਛਣਾ ਚਾਹੁੰਦੀ ਆ ਮੇਰਾ ਸਵਾਲ ਤੁਹਾਨੂੰ ਇਹ ਹੈ ਕਿ ਇਸ ਵਿੱਚ ਸਾਡੇ ਦਰਸ਼ਕਾਂ ਨੂੰ ਕੀ ਟੈਕਸ ਬੈਨੀਫਿਟਸ ਹਨ ਬਹੁਤ ਵੱਡਾ ਟੈਕਸ ਬੈਨੀਫਿਟ ਹੈ ਗੁਰਿੰਦਰ ਜੀ ਬਹੁਤ ਵਧੀਆ ਤੁਹਾਡਾ ਸਵਾਲ ਹੈ ਜਦੋਂ ਇਹ ਚੈਰੀਟੇਬਲ ਡੋਨੇਸ਼ਨਸ ਦੀ ਗੱਲਬਾਤ ਸ਼ੁਰੂ ਹੋਈ ਸੀ ਯੂ ਐਸ ਏ ਦੇ ਵਿੱਚ ਤਾਂ ਇਹ ਬਿਜ਼ਨਸਮੈਨ ਨੇ ਸ਼ੁਰੂ ਕੀਤਾ ਸੀ ਕਿਉਂਕਿ ਬਿਜ਼ਨਸਮੈਨ ਜਿਹੜਾ ਹੈ ਉਹ ਹਮੇਸ਼ਾ ਚਾਹੁੰਦਾ ਕਿ ਮੈਨੂੰ ਵਾਤ ਵਾਤ ਟੈਕਸ ਦੀ ਬਚਤ ਕਿਵੇਂ ਹੋਏ ਕਿਉਂਕਿ ਹਾਈ ਇਨਕਮ ਟੈਕਸ 'ਚ ਹੁੰਦੇ ਆ ਬਿਲਕੁਲ ਇਸੇ ਤਰ੍ਹਾਂ ਹੀ ਇਹ ਪਲਾਨ ਜਿਹੜੀ ਹੈ ਉਹ ਉਹਦੇ ਵਿੱਚ ਟੈਕਸ ਦਾ ਬੜਾ ਵੱਡਾ ਪੋਰਸ਼ਨ ਹੈ ਹਾਂਜੀ ਆਮ ਜਿਹੜੇ ਦਰਸ਼ਕ ਨੇ ਸ਼ਾਇਦ ਜਿਹੜੇ ਕੀ ਘੱਟ ਇਨਕਮ ਵਾਲੇ ਉਹਨਾਂ ਨੂੰ ਟੈਕਸ ਦੀ ਅਟਰੈਕਸ਼ਨ ਘੱਟ ਲੱਗਦੀ ਹੋਵੇ ਪਰ ਜਿਹੜੇ ਬੰਦੇ ਬਿਜ਼ਨਸ ਕਰਦੇ ਨੇ ਜਿਹੜੇ ਬਹੁਤ ਹਾਈ ਟੈਕਸ ਬ੍ਰੈਕਟ 'ਚ ਨੇ ਆਲਮੋਸਟ 45% ਦੇ ਕਰੀਬ ਉਹ ਟੈਕਸ ਦਿੰਦੇ ਨੇ ਹਾਂਜੀ ਅਗਰ ਉਹ ਇਹ ਪਲਾਨ ਲੈਂਦੇ ਨੇ ਤਾਂ ਉਹਨਾਂ ਨੂੰ ਟੈਕਸ ਦਾ ਬੜਾ ਵੱ ਸਪੋਜ਼ ਕਰੋ ਕਿਸੇ ਬੰਦੇ ਨੇ ਇੰਸ਼ੋਰੈਂਸ ਲਈ ਹੈ ਚੈਰੀਟੇਬਲ ਇੰਸਟੀਟਿਊਸ਼ਨ ਨੂੰ ਦੇਣ ਵਾਸਤੇ ਹਾਂਜੀ ਉਸ ਦਾ ਸਾਲ ਦਾ ਉਹਦਾ 1200 ਡਾਲਰ ਪ੍ਰੀਮੀਅਮ ਜਾਂਦਾ ਹੈ ਤੇ ਹਿਅਰ ਐਂਡ ਤੇ ਤੁਹਾਨੂੰ 1200 ਡਾਲਰ ਦੀ ਟੈਕਸ ਸੀਟ ਮਿਲਣੀ ਹੈ ਜਿਹੜੀ ਕਿ ਉਹ ਸੰਸਥਾ ਵੱਲੋਂ ਜਾਰੀ ਕੀਤੀ ਜਾਂਦੀ ਹੈ ਤੇ ਜਦੋਂ ਤੁਸੀਂ ਟੈਕਸ ਫਾਈਲ ਕਰਨਾ ਤਾਂ ਉਹਦੇ ਵਿੱਚ ਤੁਹਾਨੂੰ ਉਹਦੇ ਵਿੱਚੋਂ ਡਿਡਕਸ਼ਨ ਮਿਲ ਜਾਣੀ ਹੈ ਨੰਬਰ 1.A ਹੈ ਨੰਬਰ ਦੂਸਰਾ ਪੁਆਇੰਟ A ਹੈ ਅਗਰ ਤੁਹਾਡੇ ਕੋਲ ਆਲਰੇਡੀ ਇੰਸ਼ੋਰੈਂਸ ਪਾਲਸੀ ਚੱਲ ਰਹੀ ਹੈ ਕਿਸੇ ਕੋਲ ਸਪੋਜ਼ ਕਰੋ 2.5 ਲੱਖ ਡਾਲਰ ਦੀ ਹੈ ਜਾਂ 1 ਮਿਲੀਅਨ ਡਾਲਰ ਦੀ ਪਾਲਸੀ ਹੈ ਤੁਹਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਮੈਨੂੰ ਮੇਰੀ ਫੈਮਿਲੀ ਨੂੰ ਇਸ ਪੈਸੇ ਦੀ ਜ਼ਰੂਰਤ ਨਹੀਂ ਹੈ। ਕਈ ਕੁਝ ਲੋਕ ਐਸੇ ਇਸ ਸਿਚੁਏਸ਼ਨ 'ਚ ਵੀ ਹੁੰਦੇ ਆ। ਉਹ ਸੋਚਦੇ ਆ ਕਿ ਇੰਸ਼ੋਰੈਂਸ ਬੰਦ ਕਰ ਦਈਏ, ਦੀ ਜ਼ਰੂਰਤ ਹੈ ਨਹੀਂ ਸਾਡੇ ਬੱਚੇ ਵੈਲ ਆਫ ਨੇ। ਦੇ ਡੋ ਨੀਡ ਦਿਸ ਮਨੀ। ਉਸ ਉਸ ਪਲਾਨ ਨੂੰ ਤੁਸੀਂ ਉਹ ਉਹਦੀ ਡੈਜ਼ਿਗਨੇਸ਼ਨ ਚੇਂਜ ਕਰਕੇ ਇੰਸ਼ੋਰੈਂਸ ਕੰਪਨੀ ਨੂੰ ਦੇ ਦਿਓ। ਠੀਕ ਹੈ। ਸੌਰੀ ਉਹਨੂੰ ਚੈਰੀਟੇਬਲ ਇੰਸਟੀਟਿਊਸ਼ਨ ਨੂੰ ਦੇ ਦਿਓ। ਜਦੋਂ ਉਸ ਬੰਦੇ ਦੀ ਡੈਥ ਹੋਣੀ ਹੈ ਤਾਂ ਉਹ ਜਿੰਨਾ ਵੀ ਪੈਸਾ ਚਾਹੇ ਉਹ 2.5 ਲੱਖ ਹੈ, ਚਾਹੇ ਉਹ ਹਾਫ ਮਿਲੀਅਨ ਡਾਲਰ ਹੈ, ਚਾਹੇ 1 ਮਿਲੀਅਨ ਡਾਲ ਉਸ ਦੀ ਸਟੇਟ ਨੂੰ ਦੇਣੀ ਦੇਣਗੇ ਸਟੇਟ ਦਾ ਮੀਨਸ ਕਿ ਆਪਾਂ ਇੱਕ ਵਾਰੀ ਲਾਸਟ ਟਾਈਮ ਗੱਲ ਕੀਤੀ ਸੀ ਸਟੇਟ ਪਲਾਨਿੰਗ ਦੇ ਵਿੱਚ ਸਟੇਟ ਪਲਾਨਿੰਗ ਦੇ ਵਿੱਚ ਜਿਹੜਾ ਟੈਕਸ ਦਾ ਇੱਕ ਬੜਾ ਵੱਡਾ ਇਸ਼ੂ ਹੁੰਦਾ ਉਸ ਨੂੰ ਸੋਲਵ ਕਰਨ ਵਾਸਤੇ ਮੰਨ ਲਓ ਉਸ ਬੰਦੇ ਦੀ 1 ਮਿਲੀਅਨ ਡਾਲਰ ਦੀ ਸਟੇਟ ਹੈ ਤੇ ਅਗਰ ਉਹਦੇ ਵਿੱਚ 2.5 ਲੱਖ ਡਾਲਰ ਦੀ ਟੈਕਸ ਰਸੀਦ ਮਿਲ ਜਾਂਦੀ ਹੈ ਜਾਂ ਹਾਫ ਮਿਲੀਅਨ ਡਾਲਰ ਦੀ ਤਾਂ ਉਸ ਦਾ ਅੱਧਾ ਟੈਕਸ ਰਹਿ ਜਾਂਦਾ ਸਮਝ ਗਏ ਨਾ ਤੁਸੀਂ ਕਿਉਂਕਿ ਉਹਦੇ ਵਿੱਚ ਬਹੁਤ ਵੱਡਾ ਇੱਕ ਪੁਆਇੰਟ ਆ ਜਾਂਦਾ ਨੰਬਰ 3 ਤੇ ਇੱਕ ਹੋਰ ਪੁਆਇੰਟ ਹੈ ਕਿਸੇ ਬੰਦੇ ਕੋਲ ਜਿਹੜਾ ਬੰਦਾ ਇਸ ਵੇਲੇ ਰਿਟਾਇਰਮੈਂਟ ਦੀ ਏਜ ਦੇ ਵਿੱਚ ਜਾਂ ਉਹਨੂੰ 65 ਸਾਲ ਤੋਂ ਬਾਅਦ ਉਹਨੂੰ ਰਿਫ کیا ਜਾਂਦਾ ਹੈ ਰਜਿਸਟਰਡ ਰਿਟਾਇਰਮੈਂਟ ਇਨਕਮ ਫੰਡ ਦੇ ਵਿੱਚ ਤਬਦੀਲ ਕੀਤਾ ਜਾਂਦਾ ਹੈ ਅਗਰ ਉਹਦੇ ਵਿੱਚ ਪਿਆ ਸਪੋਜ਼ ਕਰੋ ਕਿਸੇ ਕੋਲ 100000 ਰੁਪਏ ਆ ਉਹਨਾਂ ਨੇ ਕੀ ਕਰਨਾ ਹੈ ਕਿ ਉਸ ਪੈਸੇ ਉਹਦੇ ਵਿੱਚ ਵੀ ਇੱਕ ਡੈਜ਼ਿਗਨੇਟਿਡ ਬੈਨੇਫਿਸ਼ੀਰੀ ਹੁੰਦਾ ਆਲਰੇਡੀ ਯੂਸੂਲੀ ਵਾਈਫ ਹਸਬੰਦ ਆਪਸ ਵਿੱਚ ਹੁੰਦੇ ਨੇ ਸਪੋਜ਼ ਕਰੋ ਕਿਸੇ ਬੰਦੇ ਕੋਲ 100000 ਦੀ ਰਿਫ ਹੈ ਜਾਂ ਆਰਆਰਐਸਪੀ ਹੈ ਉਹਦੇ ਵਿੱਚ ਉਹਦੀ ਬੈਨੇਫਿਸ਼ੀਰੀ ਜਿਹੜੀ ਹੈ ਉਹਦੀ ਵਾਈਫ ਹੈ ਉਹਨਾਂ ਨੇ ਕੀ ਕਰਨਾ ਹੈ ਕਿ ਉਹਦਾ ਬੈਨੇਫਿਸ਼ੀਰੀ ਚੇਂਜ ਕਰ ਦੇਣਾ ਉਸ ਚੈਰੀਟੇਬਲ ਆਰਗੇਨਾਈਜੇਸ਼ਨ ਨੂੰ ਤੇ ਉਹਦੇ ਬਰਾਬਰ ਦੀ ਲੱਖ ਕੇ ਡਾਲਰ ਦੀ ਇੱਕ ਇੰਸ਼ੂਰੈਂਸ ਖਰੀਦਣੀ ਹੈ ਦੋ ਚੀਜ਼ਾਂ ਹੋ ਗਈਆਂ ਮਤਲਬ ਉਹਦਾ ਬੈਨੇਫਿਸ਼ੀ ਚੇਂਜ ਕਰਕੇ ਤੇ ਇੰਸ਼ੂਰੈਂਸ ਲੱਖ ਡਾਲਰ ਦੀ ਲੈ ਲਈ ਜਦੋਂ ਹੋਣਾ ਇਹ ਹੈ ਕਿ ਜਦੋਂ ਉਸਦੀ ਡੈਥ ਹੋਣੀ ਹੈ ਤਾਂ ਜਿਹੜਾ ਉਹ ਆਰਆਰਐਸਪੀ ਵਾਲਾ ਪੈਸਾ ਹੈ ਅਗਰ ਤਾਂ ਉਹ ਵਾਈਫ ਨੂੰ ਜਾਣਾ ਸੀ ਤਾਂ ਉਹ ਪੂਰਾ ਟੈਕਸੇਬਲ ਸੀ ਜਦੋਂ ਆਰਆਰਐਸਪੀ ਦੇ ਪੈਸੇ ਵਾਈਫ ਨੂੰ ਜਾਂਦੇ ਨੇ ਜਾਂ ਬੱਚਿਆਂ ਨੂੰ ਜਾਂਦੇ ਨੇ 100% ਟੈਕਸੇਬਲ ਬਣੀਆਂ ਹਾਂਜੀ ਉਹਦਾ ਉਹਦਾ ਬੈਨੇਫਿਟ ਜਾਣਾ ਉਸ ਚੈਰੀਟੇਬਲ ਆਰਗੇਨਾਈਜੇਸ਼ਨ ਨੂੰ ਤਾਂ ਉਸ ਆਰਗੇਨਾਈਜੇਸ਼ਨ ਨੂੰ ਲੱਖ ਡਾਲਰ ਦੀ ਰਸੀਦ ਈਸ਼ੂ ਕਰ ਦੇਣੀ ਹੈ ਠੀਕ ਹੈ ਦੂਸਰੇ ਪਾਸੇ ਜਿਹੜੀ ਇੰਸ਼ੋਰੈਂਸ ਹੈ ਉਹ ਟੈਕਸ ਫਰੀ ਬੈਨੀਫਿਟ ਹੈ ਉਹ ਉਹਦੀ ਫੈਮਲੀ ਨੂੰ ਮਿਲ ਜਾਣਾ ਸੋ ਉਹਨਾਂ ਨੇ ਦੋ ਸਾਈਡਾਂ ਤੋਂ ਉਹਨੂੰ ਉਹਨੂੰ ਕਰਾਸ ਕਰਕੇ ਉਹਦੇ ਵਿੱਚੋਂ ਫਾਇਦਾ ਲੈ ਸਕਦੇ ਉਹਦੋਂ ਚੈਰੀਟੇਬਲ ਆਰਗੇਨਾਈਜੇਸ਼ਨ ਵੱਲੋਂ ਵੀ ਪੈਸੇ ਮਿਲ ਜਾਣੇ ਡਿਡਕਸ਼ਨ ਮਿਲ ਜਾਣੀ ਹੈ ਇਹਦੋਂ ਤੁਹਾਡੀ ਫੈਮਲੀ ਨੂੰ ਵੀ ਲੱਖ ਡਰ ਮਿਲ ਜਾਂਦਾ ਸੋ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਕਿ ਤੁਸੀਂ ਇਹਦੇ ਵਿੱਚ ਕਰ ਸਕਦੇ ਹੋ ਅਗਰ ਤੁਸੀਂ ਜ਼ਿਆਦਾ ਡਿਟੇਲ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਹੇਠ ਲਿਖੇ ਨੰਬਰਾਂ ਤੇ ਫੋਨ ਕਰੋ ਤਾਂ ਕਿ ਅਸੀਂ ਤੁਹਾਨੂੰ 1 ਟੂ 1 ਬੈਠ ਕੇ ਤੁਹਾਨੂੰ ਇਸ ਦੀ ਹੋਰ ਡਿਟੇਲ ਦੇ ਸਕੀਏ ਤੇ ਇਸ ਤੋਂ ਵੀ ਜ਼ਿਆਦਾ ਹੋਰ ਮਾਈਨਰ ਡੀਟੇਲ ਦੇ ਵਿੱਚ ਵੀ ਜਾਇਆ ਜਾ ਸਕਦਾ ਕਿਉਂਕਿ ਸਾਡੇ ਕੋਲ ਟਾਈਮ ਜਿਹੜਾ ਉਹ ਸੀਮਤ ਹੁੰਦਾ ਹੈ ਇਸ ਕਰਕੇ ਆਪਾਂ ਉਹਨੀਆਂ ਹੀ ਗੱਲਾਂ ਕਰ ਸਕਦੇ ਹਾਂ ਜਿੰਨੀਆਂ ਕਿ ਆਪਾਂ ਨੂੰ ਸਮਾਂ ਅਲਾਉ ਕਰਦਾ ਹੈ ਨਹੀਂ ਰਣਜੀਤ ਜੀ ਤੁਸੀਂ तकरीबन ਹਰ ਹਫਤੇ ਸਾਡੇ ਸਟੂਡੀਓ ਵਿੱਚ ਪਹੁੰਚਦੇ ਹੋ ਤੇ ਕਾਫੀ ਦੱਸ ਕੇ ਜਾਣਦੇ ਹੋ ਕਾਫੀ ਨੌਲੇਜ ਅਜ਼ਾਫਾ ਕਰਕੇ ਜਾਂਦੇ ਹੋ ਤੇ ਅਸੀਂ बार-बार ਆਪਣੀ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਇਹ ਪ੍ਰੋਗਰਾਮ ਤੁਹਾਡੇ ਤੱਕ ਪੰਜਾਬ ਇੰਸ਼ੂਰੈਂਸ ਦੇ ਸਹਿਯੋਗ ਦੇ ਨਾਲ ਪਹੁੰਚਦਾ ਹੈਗਾ ਆ ਤੇ ਜੇਕਰ ਤੁਸੀਂ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਸਕਰੀਨ ਤੇ ਨੰਬਰਸ ਆ ਰਹੇ ਹਨ ਤੁਸੀਂ ਇਨਾ ਨੰਬਰਸ ਤੇ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ ਪੰਜਾਬ ਇੰਸ਼ੋਰੈਂਸ ਦੇ ਦਫ਼ਤਰ ਕੈਨੇਡਾ ਦੇ ਹਰ ਵੱਡੇ ਸ਼ਹਿਰ ਵਿੱਚ ਮੌਜੂਦ ਹਨ ਤੇ ਪੰਜਾਬ ਇੰਸ਼ੋਰੈਂਸ ਇੱਕ ਇਹੋ ਜਿਹਾ ਨਾਮ ਬਣ ਚੁੱਕਿਆ ਹੈ ਜਿਨ੍ਹਾਂ ਨੂੰ ਕਿਸੇ ਵੀ ਇੰਟਰੋਡਕਸ਼ਨ ਜਾਂ ਤਾਰੂਫ ਦੀ ਲੋੜ ਨਹੀਂ ਹੈਗੀ ਹਾਂਜੀ ਤੇ ਆਪਾਂ ਗੱਲਬਾਤ ਕਰ ਰਹੇ ਹਾਂ ਰਣਜੀਤ ਸਿੰਘ ਪਨੇ ਸਰ ਜੀ ਨਾਲ ਰਣਜੀਤ ਜੀ ਮੇਰਾ ਅਗਲਾ ਸਵਾਲ ਚੈਰੀਟੇਬਲ ਗਿਵਿੰਗ ਨਾਲ ਕਿ ਵਸੀਅਤ ਜਾਂ ਆਪਾਂ ਕਹੇ ਲਈ ਵਿਲ ਦੀ ਕੋਈ ਅਹਿਮੀਅਤ ਹੈ ਜੀ ਗ੍ਰਿੰਦਰ ਜੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਵਿਲ ਦੀ ਜਮਸੀਅਤ ਦੀ ਇਹ ਤਾਂ ਬਹੁਤ ਇੰਪੋਰਟੈਂਟ ਹੈ ਉਸ ਦਿਨ ਆਪਾਂ ਲਾਸਟ ਟਾਈਮ ਵੀ ਗੱਲ ਕੀਤੀ ਸੀ ਤੁਹਾਡੀ ਸਟੇਅਰ ਪਲਾਨਿੰਗ ਦੇ ਵਿੱਚ ਜਿਹੜੀ ਤੁਹਾਡੀ ਵਿਲ ਹੈ ਜਾਂ ਆਪਾਂ ਪੰਜਾਬੀ ਵਿੱਚ ਵਸੀਅਤ ਕਹਿੰਦੇ ਆ ਉਹਦਾ ਇੱਕ ਬਹੁਤ ਹੀ ਇੰਪੋਰਟੈਂਟ ਰੋਲ ਹੈ ਅਗਰ ਤੁਸੀਂ ਇਸ ਚੀਜ਼ ਨੂੰ ਚੈਰੀਟੇਬਲ ਡੋਨੇਸ਼ਨ ਦੇ ਵਿੱਚ ਪੁੱਛਦੇ ਹੋ ਇਟਸ ਵੈਰੀ ਇੰਪੋਰਟੈਂਟ ਉਹਦਾ ਰੀਜ਼ਨ ਇਹ ਹੈ ਕਿ ਕੁਝ ਸਾਡੇ ਦਰਸ਼ਕ ਹੋਣਗੇ ਜਿਹੜੇ ਕੀ ਇਹ ਦੇਖ ਰਹੇ ਹੋਣੇ ਨੇ ਸੋਚਦੇ ਹੋਣੇ ਨੇ ਉਹਨਾਂ ਦੇ ਦਿਲਾਂ ਵਿੱਚ ਕਈ ਕੁਐਸਚਨ ਆ ਰਹੇ ਹੋਣੇ ਆ ਕਿ ਅਸੀਂ ਵੀ ਅਗਰ ਹੋ ਸਕਦਾ ਹੈ ਅਸੀਂ ਵੀ ਇਸ ਤਰ੍ਹਾਂ ਦਾ ਕੋਈ ਕੰਮ ਕਰ ਜਾਈਏ ਤੇ ਸਾਡਾ ਨਾਂ ਜਿਹੜਾ ਬਣਿਆ ਰਹੇ ਤੁਸੀਂ ਸੁਣਿਆ ਹੋਣਾ ਕਿ ਇੱਕ ਨੋਬਲ ਪ੍ਰਾਈਜ਼ ਵੰਡਿਆ ਜਾਂਦਾ ਸਾਰੀ ਦੁਨੀਆ ਦੇ ਵਿੱਚ ਉਹ ਕਿੱਥੋਂ ਆਇਆ ਸੀ ਉਹ ਮਿਸਟਰ ਨੋਬਲ ਨਾਮ ਦੇ ਇੱਕ ਇਨਸਾਨ ਸੀ ਬਹੁਤ ਹੀ ਵਧੀਆ ਇਨਸਾਨ ਜਿਨ੍ਹਾਂ ਨੇ ਕਿ ਆਪਣੀ ਸਾਰੀ ਜਾਇਦਾਦ ਜਿਹੜੀ ਉਹ ਚੈਰਿਟੀਜ਼ ਨੂੰ ਦੇ ਦਿੱਤੀ ਹਾਂਜੀ ਟਰਸਟ ਬਣਾ ਦਿੱਤਾ ਟਰਸਟ ਬਣਾ ਦਿੱਤਾ ਆਪਾਂ ਸਾਡੇ ਦਰਸ਼ਕਾਂ ਵਾਸਤੇ ਉਸ ਤਰ੍ਹਾਂ ਦਾ ਇੱਕ ਟਰਸਟ ਵੀ ਬਣਾ ਸਕਦੇ ਹਾਂ ਅਗਰ ਸਾਡੇ ਦਰਸ਼ਕ ਚਾਹੁੰਦੇ ਨੇ ਕਿ ਉਹ ਜਿਹੜਾ ਆਪਣਾ ਨਾਂ ਆ ਸਾਰੀ ਦੁਨੀਆ ਤੱਕ ਰਹਿਦੀ ਦੁਨੀਆ ਤੱਕ ਉਹ ਦੁਨੀਆ ਦੇ ਵਿੱਚ ਰਹੇ ਤਾਂ ਉਹ ਵੀ ਪੋਸੀਬਲ ਹੈ ਅਸੀਂ ਤੁਹਾਡੇ ਵਾਸਤੇ ਇਸ ਤਰ੍ਹਾਂ ਦਾ ਟਰਸਟ ਵੀ ਬਣਾ ਸਕਦੇ ਹਾਂ ਜਿਸ ٹرسٹ ਦੇ ਵਿੱਚ ਤੁਹਾਡੀ ਵਿਸ਼ ਦੇ ਮੁਤਾਬਕ ਤੁਹਾਡੀ ਵਿਲ ਦੇ ਮੁਤਾਬਕ ਤੁਹਾਡੀ ਵਸੀਅਤ ਦੇ ਮੁਤਾਬਕ ਉਹ ਜਿਹੜੇ ਪੈਸੇ ਨੇ ਉਹਨੂੰ ਬਾਅਦ ਵਿੱਚ ਕਿਹਨੂੰ ਕਿਹਨੂੰ ਦੇਣਾ ਹੈ ਕਿੱਥੇ ਕਿੱਥੇ ਡਿਸਟ੍ਰਿਬਿਊਟ ਕਰਨਾ ਉਹ ਸਾਰੀਆਂ ਚੀਜ਼ਾਂ ਉਹ ਵਿਲ ਦੇ ਨਾਲ ਰਿਲੇਟਡ ਬਿਲਕੁਲ ਹੈਗੀਆਂ ਨੇ ਸੋ ਅਗਰ ਸਰੋਤੇ ਚਾਹੁੰਦੇ ਨੇ ਕਿ ਉਹਨਾਂ ਦਾ ਨਾਮ ਵੀ ਇਸ ਤਰ੍ਹਾਂ ਸਾਰੀ ਦੁਨੀਆ ਦੇ ਵਿੱਚ ਰਹੇ ਔਰ ਚਾਹੁੰਦੇ ਨੇ ਕਿ ਉਹ ਆਪਣੀਆਂ ਜਿਹੜੀਆਂ ਭਾਵਨਾਵਾਂ ਦੇ ਮੁਤਾਬਕ ਜਿਹੜੀਆਂ ਜਿਹੜੀਆਂ ਸੰਸਥਾਵਾਂ ਦੇ ਨਾਲ ਜੁੜੇ ਹੋਏ ਉਹਨਾਂ ਨੂੰ ਪੈਸੇ ਦਿੱਤੇ ਜਾਣ ਜ਼ਰੂਰੀ ਨਹੀਂ ਹੈ ਗੁਰਿੰਦਰ ਜੀ ਕਿ ਇੱਕੋ ਹੀ ਸੰਸਥਾ ਨੂੰ ਪੈਸੇ ਦੇਣੇ ਆ ਤੁਸੀਂ ਪੈਸੇ ਉਹਨਾਂ ਨੂੰ ਡਿਵਾਈਡ ਵੀ ਕਰ ਸਕਦੇ ਹੋ ਬਿਲਕੁਲ ਜਿਦਾਂ ਬਹੁਤ ਸਟੂਡੈਂਟਸ ਹੈਗੇ ਆ ਆਪਾਂ ਗੱਲਬਾਤ ਕਰਦੀਆਂ ਜਿਹੜੇ ਵੀ ਬਹੁਤ ਲਾਈਕ ਸਟੂਡੈਂਟਸ ਨੇ ਸਕਾਲਰਸ਼ਿਪਸ ਦਿੱਤੀਆਂ ਜਾਂਦੀਆਂ ਨੂੰ ਪਰ ਘਰ ਦੇ ਹਾਲਾਤ ਚੰਗੇ ਨਹੀਂ ਹੁੰਦੇ ਗਾਂ ਨਹੀਂ ਜਾਣਾ ਚਾਹੁੰਦੇ ਨੇ ਪਰ ਜਿਹੜੀ ਗਰੀਬੀ ਹੈ ਉਹ ਦਬਾ ਕੇ ਰੱਖਦੀ ਹੈ ਤੁਸੀਂ ਇਹੋ ਜੇ ਕਿਸੇ ਬੱਚੇ ਨੂੰ ਸਪான்ਸਰ ਕਰ ਸਕਦੇ ਹੋ ਜਾਂ ਉਹਨਾਂ ਆਪਣੀ ਟਰਸਟ ਬਣਾ ਸਕਦੇ ਹੋ ਕਿ ਉਹਨਾਂ ਬੱਚਿਆਂ ਦੇ ਯੂ نو ਲਾਗਤ ਵੱਲ ਜਾਵੇ ਜਾਂ ਸਮਥਿੰਗ ਲਾਈਕ ਦੈਟ ਬਿਲਕੁਲ ਬਿਲਕੁਲ ਕਿਉਂਕਿ ਜਿਹਨਾਂ ਦੇਸ਼ਾਂ ਤੋਂ ਆਪਾਂ ਆਏ ਆ ਆਪਾਂ ਨੂੰ ਬਹੁਤ ਜ਼ਰੂਰਤ ਹੈ ਆਪਣੇ ਪਿੱਛੇ ਉੱਥੇ ਬਹੁਤ ਲਾਇਕ ਸਟੂਡੈਂਟ ਨੇ ਜਿਹੜੇ ਕਿ ਸਾਨੂੰ ਪਤਾ ਹੈ ਕਿ ਉਹ ਆਪਣੀ ਜ਼ਿੰਦਗੀ ਵਿੱਚ ਬਹੁਤ ਹੀ ਮਾਰ ਕੇ ਮਾਰ ਸਕਦੇ ਨੇ ਪਰ ਫਾਈਨੈਂਸ਼ਲੀ ਉਹ ਵਿਚਾਰੇ ਉਹਨਾਂ ਦੇ ਪੇਰੈਂਟਸ ਸਪੋਰਟ ਨਹੀਂ ਕਰ ਸਕਦੇ ਤੁਸੀਂ ਇਸ ਤਰ੍ਹਾਂ ਦਾ ਇੱਕ ٹرسٹ ਵੀ ਬਣਾ ਸਕਦੇ ਹੋ ਕਿ ਉਹ ਜਿਹੜੇ ਸਟੂਡੈਂਟ ਤੁਸੀਂ ਚੂਜ਼ ਕਰ ਲੋ ਪੀ ਐ ਸਟੂਡੈਂਟ ਨੂੰ ਜਦੋਂ ਤੱਕ ਉਹਦੀ ਮੈਡੀਕਲ ਨਹੀਂ ਪੂਰੀ ਹੁੰਦੀ ਜਾਂ ਡਾਕਟਰ ਨਹੀਂ ਬਣਦਾ ਜਾਂ ਲਾਇਰ ਨਹੀਂ ਬਣਦਾ ਉਦੋਂ ਤੱਕ ਉਸ ٹرسٹ ਦੇ ਵਿੱਚ ਉਹਨੂੰ ਮੰਥਲੀ ਪੈਸੇ ਜਾਂ ਸਾਲ ਬਾਤ ਪੈਸੇ ਦਿੱਤੇ ਜਾ ਸਕਦੇ ਨੇ ਇਸ ਤਰ੍ਹਾਂ ਦਾ ਅਸੀਂ ਸਾਰਾ ਪਲਾਨ ਸੈਟ ਅਪ ਕਰ ਸਕਦੇ ਹਾਂ ਸਾਡੇ ਕੋਲ ਇੱਕ ਬਹੁਤ ਵੱਡੀ ਪ੍ਰੋਫੈਸ਼ਨਲ ਦੀ ਟੀਮ ਹੈ ਜਿਹੜੀ ਕਿ ਇਹ ਸਾਰਾ ਕੁਝ ਦੇਖ ਰੱਖ ਉਹਨਾਂ ਦੀ ਦੇਖ ਰੱਖਦੇ ਦਿੱਤਾ ਕੀਤਾ ਜਾ ਸਕਦਾ ਹੈ ਅਗਰ ਸਾਡੇ ਦਰਸ਼ਕ ਚਾਹੁੰਦੇ ਨੇ ਵੀ ਇਸ ਤਰ੍ਹਾਂ ਦੀ ਕੋਈ ਪਲਾਨ ਸਾਨੂੰ ਉਹਨਾਂ ਨੂੰ ਚਾਹੀਦੀ ਹੈ ਤਾਂ ਪਲੀਜ਼ ਸਾਨੂੰ ਕਾਲ ਕਰੋ ਤਾਂ ਕਿ ਅਸੀਂ ਸਾਰਿਆਂ ਦੇ ਵਾਸਤੇ ਕੋਈ ਨਾ ਕੋਈ ਇਸ ਤਰ੍ਹਾਂ ਦੀ ਪਲਾਨ ਬਣਾਈ ਜਾ ਸਕੇ ਜਿਸ ਤਰ੍ਹਾਂ ਕਿ ਇੱਕ ਪੁਆਇੰਟ ਮੇਰੇ ਦਿਮਾਗ 'ਚ ਹੋ ਰਾਇਆ ਜੀ ਜਾਂਦੇ ਜਾਂਦੇ ਆਪਾਂ ਇਹ ਵੀ ਗੱਲ ਕਰ ਲਈਏ ਕਿ ਕੁਝ ਲੋਕ ਜਿਹੜੇ ਨੇ ਉਹ ਧਾਰਮਿਕ ਸੰਸਥਾਵਾਂ ਨਾਲ ਨਹੀਂ ਜੁੜੇ ਹੁੰਦੇ ਜ਼ਰੂਰੀ ਨਹੀਂ ਹਰ ਇੱਕ ਬੰਦਾ ਧਾਰਮਿਕ ਹੋਵੇ ਹਰ ਇੱਕ ਬੰਦਾ ਜਿਹੜਾ ਹੈ ਉਹ ਉਹਦੀ ਜਿਹੜੀ ਇਹ ਭਾਵਨਾ ਕਿਸੇ ਹਸਪੀਟਲ ਦੇ ਨਾਲ ਜਿਵੇਂ ਆਪਾਂ ਗੱਲ ਕਰ ਚੁੱਕੇ ਹਾਂ ਕੈਂਸਰ ਰਿਸਰਚ ਸੁਸਾਇਟੀ ਹੈ ਜਾਂ ਹਾਰਡਨ ਸਟ੍ਰੋਕ ਫਾਊਂਡੇਸ਼ਨ ਹੈ ਜਾਂ ਇਸ ਤਰ੍ਹਾਂ ਦੀ ਹੋਰ ਫਾਊਂਡੇਸ਼ਨਸ ਨੇ ਜਿਹੜੀਆਂ ਕੈਨੇਡਾ ਯੂਐਸਏ ਦੇ ਵਿੱਚ ਬਣੀਆਂ ਹੋਈਆਂ ਨੇ ਚਾਈਲਡ ਫਾਈਂਡ ਫਾਊਂਡੇਸ਼ਨ ਹੈ ਇੱਕ ਉਹਨਾਂ ਦੇ ਨਾਲ ਜੁੜੇ ਹੋਏ ਨੇ ਜ਼ਰੂਰੀ ਨਹੀਂ ਵੀ ਤੁਸੀਂ ਧਾਰਮਿਕ ਸੰਸਥਾ ਨੂੰ ਵੀ ਪੈਸੇ ਦੇਣੇ ਉਹਨਾਂ ਨੂੰ ਵੀ ਪੈਸੇ ਦਿੱਤੇ ਜਾ ਸਕਦੇ ਨੇ ਉਹਨਾਂ ਨੂੰ ਵੀ ਡੈਜ਼ਿਗਨੇਟਿਡ ਬੈਨੀਫਿਸ਼ੀ ਬਣਾਇਆ ਜਾ ਸਕਦਾ ਸੋ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਆਪਾਂ ਕਰ ਸਕਦੇ ਆ ਉਹਦੇ ਲਈ ਬੈਟਰੇ ਆ ਕਿ ਤੁਸੀਂ ਸਾਨੂੰ ਫੋਨ ਕਰੋ ਫੋਨ ਕਰਕੇ ਸਾਡੇ ਨਾਲ ਗੱਲਬਾਤ ਕਰੋ ਸਾਡੇ ਜਿਹੜੇ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਪੂਰੇ ਹੀ ਕੁਆਲੀਫਾਈਡ ਨੇ ਅਸੀਂ ਤੁਹਾਡੇ ਕੋਲ ਬੈਠ ਕੇ ਜਾਂ ਤੁਸੀਂ ਸਾਡੇ ਆਫਿਸ 'ਚ ਵੀ ਆ ਸਕਦੇ ਹੋ ਜਾਂ ਅਸੀਂ ਤੁਹਾਡੇ ਨਾਲ 1 ਟੂ 1 ਬੈਠ ਕੇ ਇਹਦੇ ਬਾਰੇ ਪੂਰੀ ਡੀਟੇਲ ਦੇ ਵਿੱਚ ਗੱਲਬਾਤ ਕਰ ਸਕਦੇ ਹਾਂ ਰੰਜੀਜੀ ਤੁਸੀਂ ਅੱਜ ਸਾਡੇ ਦਰਸ਼ਕਾਂ ਤੱਕ ਬਹੁਤ ਹੀ ਵਧੀਆ ਜਾਣਕਾਰੀ ਪਹੁੰਚਾਈ ਹੈਗੀ ਹੈ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਜੀ ਗੁਰਿੰਦਰ ਜੀ ਜਾਂਦੇ ਜਾਂਦੇ ਅਸੀਂ ਸਰੋਤਿਆਂ ਨੂੰ ਬੇਨਤੀ ਕਰਦੇ ਹਾਂ ਕਿ ਅਸੀਂ ਆਪਣੀ ਸੋਚ ਤੋਂ ਵੀ ਉੱਚਾ ਸੋਚ ਸਕਦੇ ਹਾਂ ਅਗਰ ਆਪਾਂ ਜਿਹੜੇ ਵੀ ਪਿੰਡ ਤੋਂ ਆਏ ਆ ਜਾਂ ਕਸਬੇ ਤੋਂ ਆਏ ਆ ਅਗਰ ਤੁਸੀਂ ਚਾਹੁੰਦੇ ਹੋ ਕਿ ਉਸ ਕਸਬੇ ਦੀ ਤਰੱਕੀ ਦੇ ਵਿੱਚ ਤੁਸੀਂ ਹਿੱਸਾ ਪਾ ਸਕਦੇ ਹੋ ਇੱਥੇ ਬੈਠ ਕੇ ਆਪਣੇ ਜਿਉਂਦੇ ਜੀ ਜਾਂ ਆਪਣੇ ਜਾਣ ਤੋਂ ਬਾਅਦ ਵੀ ਤਾਂ ਅਸੀਂ ਇਸ ਪਲਾਨ ਦੇ ਜ਼ਰੀਏ ਇਸ ਪਲਾਨ ਦੇ ਅੰਤਰਗਤ ਤੁਹਾਡੀ ਮਦਦ ਕਰ ਸਕਦੇ ਹਾਂ ਤੁਹਾਡੀ ਹੈਲਪ ਕਰ ਸਕਦੇ ਹਾਂ ਇਸ ਲਈ ਤੁਸੀਂ ਸਾਨੂੰ ਹਟ ਲਿਕੇ ਨੰਬਰਾਂ ਤੇ ਫੋਨ ਕਰੋ ਤਾਂ ਕਿ ਅਸੀਂ ਤੁਹਾਡੀ ਮਦਦ ਕਰ ਸਕੀਏ ਤੇ ਇਸ ਦੇ ਨਾਲ ਨਾਲ ਹੀ ਆਪਾਂ ਜਾਣ ਲੱਗੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਥੈਂਕ ਯੂ ਰੰਜੀ ਜੀ ਤੁਸੀਂ ਸਟੂਡੀਓ ਵਿੱਚ ਆਏ ਧੰਨਵਾਦ ਦੇਖ ਸਕਦੇ ਹਰ ਕੋਈ ਨੇੜੇ ਦੁੱਖ ਵਿੱਚ ਰਹਿ ਗਏ ਇਕੱਲੇ ਰੱਬ ਨਾ ਕਰੇ ਆਏ ਮੁਸੀਬਤ ਪੈਸਾ ਰਵੇ ਨਾ ਪੱਲੇ ਆਪਣਿਆਂ ਦੇ ਲਈ ਅੱਜ ਹੀ ਸੋਚੋ ਸੋਚੋ ਯਾਦਾਂ ਸੋਚੋ ਸੋਚੋ ਯਾ